महर्षि भगवान वाल्मीक सर्ब सांझा केंद्र के कौमी चेयरमैन कुलदीप सिंह शेरगिल ने थाना खालड़ा अधीन आंदे पिंड वाह की रहने वाली मनप्रीत कौर पत्नी मुख्तियार चरणजीत सिंह पुत्र प्रीतम सिंह अर्शदीप सिंह पुत्र सुरेंद्र सिंह बासी पोविंड अते पिंड सिंहपुरा की 14 साल की नाबालिग लड़की के पिछले 3 महीनों तो शक्की हालत में गायब होने पुलिस वालों पीड़ित परिवारों इंसाफ ना मिलने SSP तरन तारण मंग पत्र दिता गया। इस मौके प्रेस में जानकारी देंदे कुलदीप सिंह शेरगिल ने कहा कि पिंड वाह की रहने वाली मनप्रीत कौर को पिंड के कुछ लोग एक BSF के अधिकारी रल के नकली DSP बन के फोन राही जबरी शरीरक संबंधी बनाने की कोशिश की सी, जिस संबंधी हाईकोर्ट वालों परचा दर्ज करने लई पुलिस नूं कहा, पर पुलिस ने आम थरावां ला के दोषियों नूं बचाउण की कोशिश की है। इसे तरह पिंड सिंहपुरा के गरीब परिवार की नाबालिग लड़की पिछले 3 महीनों तो सिक्की हालत में गायब है। पुलिस थाना भिखी पिंड विखे दरखास्त देने के बावजूद पुलिस ने कोई कार्रवाई नहीं की। इस तरह माड़ी कंबोके के पीड़ित परिवार जाति सूचक बोलन अते पाविंड साहिब तो अर्शदीप सिंह उच्च जाति के लोगों वालों नजायज़ परचे फसाउण अते परचा रद्द करवाउण लई SSP तरन तारण मंग पत्र दिता गया। उन्होंने कहा कि जेकर इन्हां पीड़ित परिवारों को पुलिस ने इंसाफ ना दिता तो 15 दिसंबर को हाईवे जाम करके रोस प्रदर्शन किया जाएगा। तरन तारण तो दलवीर उदर के दी लोक भलाई का स्नेहा TV लई खास रिपोर्ट। ਕੀ ਵਿਸ਼ਵਾਸ ਦਵਾਇਆ ਜੀ SSP? ਹਾਂਜੀ ਕੋਈ ਗੱਲ ਨਹੀਂ, ਤੁਹਾਡੀ ਹੀ ਬਣਦੀ ਕਾਰਵਾਈ ਕਰਾਵਾਂਗੇ। ਠੀਕ ਹੈ। ਹਾਂਜੀ ਵੀਰ ਜੀ, ਅੱਜ SSP ਦਫ਼ਤਰ ਆਏ ਜੀ, ਕੀ ਮਾਮਲਾ ਹੈ ਪੂਰਾ ਤੁਹਾਡਾ? ਇਹ ਨਾ ਮਾਮਲਾ ਵੀਰ ਜੀ, ਇੱਕ ਨਾ ਵਾਹ ਪਿੰਡ ਤੋਂ ਆ ਭੈਣ ਮਨਪ੍ਰੀਤ ਕੌਰ ਵਾਈਫ ਆਫ ਮੁਖਤਿਆਰ ਸਿੰਘ, ਜਿਹਦੇ ਸੰਬੰਧ ਦੇ ਵਿੱਚ ਜੀ ਅੱਜ 25-30 ਦਿਨ ਹੋ ਗਏ ਆ, ਜਿਹਦੇ 'ਚ ਦਰਖਾਸਤਾਂ ਵੱਖ ਵੱਖ ਥਾਣਿਆਂ ਦੇ ਵਿੱਚ, ਜਿੱਦਾਂ ਕਹਿ ਲਓ ਕਿ ਭਿੱਖੀ ਪਿੰਡ ਖਾਲੜਾ SHO ਲਖਵਿੰਦਰ ਸਿੰਘ ਨੂੰ ਅਤੇ DSP ਭਿੱਖੀ ਪਿੰਡ ਪ੍ਰੀਤਿੰਦਰ ਸਿੰਘ ਨੂੰ, SSP ਸਾਹਿਬ ਜਿਹੜੇ ਪਹਿਲੇ ਹੁਣ ਤਾਂ ਨਵੇਂ ਬਦਲ ਕੇ ਆ ਗਏ ਆ, ਅਤੇ ਦਰਖਾਸਤਾਂ ਇਹਨਾਂ ਦੀਆਂ ਦਿੱਤੀਆਂ। ਇਹਨਾਂ ਦੇ ਨਾਲ ਵਧੀਕੀ ਕੀਤੀ ਗਈ, ਛੇੜਖਾਨੀ ਕੀਤੀ ਗਈ, ਇੱਕ BSF ਦਾ ਮੁਲਾਜ਼ਮ ਆ ਅਤੇ ਉਹਦੇ ਵੱਲੋਂ, ਅਤੇ ਇੱਕ ਦੋ ਪਿੰਡ ਦੇ ਇਹਨਾਂ ਦੇ ਵਸਨੀਕ ਆ, ਜਿਨ੍ਹਾਂ ਨੇ ਮੰਨ ਲਓ ਇਹਨਾਂ ਦੇ ਫੋਨ ਨੰਬਰ ਉਹਨਾਂ ਬੰਦਿਆਂ ਨੇ ਦੇ ਕੇ BSF ਵਾਲੇ ਨੇ ਲਿਆ। ਇਹ ਗਰੋਹ ਦੇ ਤੌਰ 'ਤੇ ਇਹਨਾਂ ਨੇ ਕੰਮ ਕੀਤਾ ਵਾ, ਜਿਹਦੇ ਵਿੱਚ ਪੁਲਿਸ ਨੇ ਕੋਈ ਕਾਰਵਾਈ ਨਾ DSP ਨੇ ਕੋਈ ਕੀਤੀ ਸੀ। ਹਾਈਕੋਰਟ ਦੀ ਡਾਇਰੈਕਸ਼ਨ ਆਈ ਨੂੰ ਅੱਜ ਕਮ ਸੇ ਕਮ 7 ਦਿਨ ਹੋ ਗਏ ਆ ਜੀ, ਹਾਈਕੋਰਟ ਨੇ ਆਦੇਸ਼ ਦਿੱਤੇ ਆ ਵੀ ਇਹਨਾਂ 'ਤੇ ਜੋ ਬਣਦੀ ਕਾਰਵਾਈ ਪਰਚਾ ਦਰਜ ਕੀਤਾ ਜਾਵੇ, ਜਿਸ ਦੇ ਸੰਬੰਧ ਦੇ ਵਿੱਚ ਕੱਲ੍ਹ ਇਹਨਾਂ ਨੇ ਪਰਚਾ ਦਰਜ ਕਰਤਾ, ਜਿਹਦੇ ਵਿੱਚ ਸਿਰਫ ਮਾਮੂਲੀ ਧਾਰਾ ਉਹਨਾਂ ਬੰਦਿਆਂ ਨੂੰ ਬਚਾਉਣ ਦੀ ਖਾਤਰ 419 ਦੇ 294 ਦੇ ਤਹਿਤ ਪਰਚਾ ਦਰਜ ਕਰਦਾ, ਜਿਹਦੇ 'ਤੇ ਅਸੀਂ ਇਹਨਾਂ ਨੂੰ ਕਿਹਾ ਵੀ ਹੈਗਾ ਵੀ ਜੇ ਤੁਸੀਂ ਧਾਰਾ ਲਾਉਣੀਆਂ ਹੈ ਅਤੇ ਜਿਹੜੀਆਂ ਬਣਦੀਆਂ ਹੈ ਸਾਡੇ ਵਕੀਲ ਸਾਹਿਬ ਦੇ ਮੁਤਾਬਕ, ਹਾਈਕੋਰਟ ਦੀ ਡਾਇਰੈਕਸ਼ਨ ਦੇ ਮੁਤਾਬਕ, ਉਹ ਧਾਰਾ ਲਾਓ 354A, 354B, 354C ਅਤੇ 403 ਅਤੇ 384 ਦੇ ਤਹਿਤ ਧਾਰਾ ਲੱਗਣੀਆਂ ਚਾਹੀਦੀਆਂ ਸੀ, ਉਹ ਇਹਨਾਂ ਲਾਈਆਂ ਨਹੀਂ ਆ। ਹੁਣ ਅਸੀਂ SSP ਸਾਹਿਬ ਨੂੰ ਮਿਲ ਰਹੇ ਹਾਂ। ਹੋਰ ਵੀ ਪਰਿਵਾਰ ਤੁਹਾਡੇ ਨਾਲ ਆਏ ਆ, ਉਹਨਾਂ ਦੇ ਕੀ ਮਾਮਲੇ? ਉਹਨਾਂ ਦੇ ਮਾਮਲੇ ਜੀ, ਇੱਕ ਅਰਸ਼ਦੀਪ ਸਿੰਘ ਪਹੂਵਿੰਡ ਜੀ ਆ, ਇਹਨਾਂ ਦਾ ਵੀ ਮਾਮਲਾ ਵਾ, ਇਹਨਾਂ ਨੂੰ ਜਾਚੀ ਜੀ 'ਚ ਸ਼ਬਦ ਬੋਲੇ ਗਏ, ਉਹਦੇ 'ਤੇ ਕੋਈ FIR ਦਰਜ ਨਹੀਂ ਕੀਤੀ ਗਈ DSP ਵੱਲੋਂ। ਉਹਨਾਂ ਦੀਆਂ ਵੀ ਰਿੱਟਾਂ ਹਾਈਕੋਰਟ ਦੇ ਵਿੱਚ ਚੱਲ ਰਹੀਆਂ ਆਲਰੇਡੀ, ਉਹਨਾਂ ਦੀ ਵੀ ਡਾਇਰੈਕਸ਼ਨ ਹਾਈਕੋਰਟ ਦੇ ਆਰਡਰ ਆ ਗਏ ਆ, ਜਿਹਦੇ ਵਿੱਚ ਪੁਲਿਸ ਕਾਰਵਾਈ ਕੋਈ ਨਹੀਂ ਕਰ ਰਹੀ। ਅਤੇ ਇੱਕ ਇਹ ਹੈਗੇ ਆ ਚਰਨਜੀਤ ਸਿੰਘ, ਇਹ ਮਾੜੀ ਕੰਬੋਗੇ ਤੋਂ, ਉਹਨਾਂ ਦਾ ਵੀ ਮਸਲਾ ਕਮ ਸੇ ਕਮ 2 ਮਹੀਨੇ ਹੋ ਗਏ ਆ, ਸਟੇ ਲੈਣ ਦੇ ਬਾਵਜੂਦ ਸਟੇ ਦੀ ਉਲੰਘਣਾ ਕੀਤੀ ਗਈ, ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, DSP ਨੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਅਸੀਂ 15 ਤਰੀਕ ਨੂੰ ਜਿਹੜਾ ਹਾਈਵੇ ਵਾ DC ਦਫ਼ਤਰ ਦਾ, ਉਹ ਰੋਕ ਰਹੇ ਹਾਂ ਜੇ ਸਾਡੀ ਕੋਈ ਕਾਰਵਾਈ ਨਾ ਕੀਤੀ ਗਈ।